2023 ਦੇ ਵਿੱਚ ਇਲੈਕਸ਼ਨ ਮੈਨੀਫੈਸਟੋ ਇੱਕ ਜਾਰੀ ਕੀਤਾ ਸੀ ਉਹਦੇ ਵਿੱਚ ਆਲ ਇੰਡੀਆ ਪ੍ਰੈਜ਼ੀਡੈਂਟ ਦੀ ਵੀ ਅੰਡਰ ਸੁਪਰਵਿਜ਼ਨ ਕਹਿ ਲਓ ਸੋਨੀਆ ਜੀ ਰਾਹੁਲ ਜੀ ਆਲ ਇੰਡੀਆ ਸਪੋਕਸਮੈਨ ਬਾਕੀ ਸਨੈਪਸ ਵਗੈਰਾ ਸਾਰੀ ਹੈਗੀਆਂ ਨੇ ਇਹਨਾਂ ਨੇ ਜਾਰੀ ਕੀਤਾ ਜਿਹਦੇ ਵਿੱਚ ਬਜਰੰਗ ਦਲ ਦਾ ਜ਼ਿਕਰ ਕੀਤਾ ਗਿਆ ਵੀ ਜਦੋਂ ਵੀ ਜਿਹੜਾ ਬਜਰੰਗ ਦਲ ਹੈਗਾ ਇਹਨੂੰ ਅਸੀਂ PFE ਨਾਲ ਅਤੇ ਹੋਰ ਜਿਹੜੀ ਐਂਟੀ ਨੈਸ਼ਨਲ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਜੋੜਿਆ ਗਿਆ ਜੋ ਕਿ ਬਿਲਕੁਲ ਗਲਤ ਹੈ। ਇਸ ਸੰਬੰਧ ਵਿੱਚ ਹਿਤੇਸ਼ ਭਾਰਵਾ ਜੀ ਜੋ ਨੈਸ਼ਨਲ ਪ੍ਰੈਜ਼ੀਡੈਂਟ ਨੇ ਬਜਰੰਗ ਦਲ ਅਤੇ ਹਿੰਦੂ ਸੁਰੱਖਿਆ ਸਮਿਤੀ ਦੇ ਇਹਨਾਂ ਨੇ ਇੱਕ ਅਦਾਲਤ ਵਿੱਚ ਸਿਵਲ ਸੂਟ ਫਾਇਲ ਕੀਤਾ। ਸੂਟ ਫੋਰ ਲਿਕੁਇਡੇਟਰ ਰਿਕਵਰੀ ਹੁੰਦੀ ਆ ਉਹ 'ਚ 100 ਕਰੋੜ ਰੁਪਏ ਦਾ ਇੱਕ ਰਿਕਵਰੀ ਸੂਟ ਫਾਇਲ ਕੀਤਾ। 10 ਲੱਖ ਰੁਪਇਆ ਲੀਗਲ ਚਾਰਜਿਜ ਹੁੰਦੇ ਨੇ, ਕੋਰਟਾਂ ਦੇ ਖਰਚੇ ਵੀ ਨੇ, ਹੋਰ ਵੀ ਫੀਸਾਂ ਵਗੈਰਾ ਨੇ, ਅਸਟਾਮ ਵੀ ਲੱਗਣਾ, ਉਹ ਫਾਇਲ ਕੀਤਾ। ਉਹਦੇ ਵਿੱਚ ਮਾਣਯੋਗ ਅਦਾਲਤ ਨੇ ਸਰੂਰ ਸਿਵਲ ਜੱਜ ਸੀਨੀਅਰ ਡਿਵੀਜ਼ਨ ਨੇ ਇਹਨਾਂ ਨੂੰ ਸਮਨ ਜਾਰੀ ਕੀਤੇ ਨੇ ਅਤੇ ਬੁਲਾਇਆ ਹੈ 10 ਜੁਲਾਈ ਨੂੰ 10 ਵਜੇ ਅਦਾਲਤ ਵਿੱਚ ਪੇਸ਼ ਹੋਣ ਵਾਸਤੇ ਕਿਹਾ। ਜੋ ਅਦਾਲਤ ਦਾ ਪ੍ਰੋਸੈਸ ਹੈ ਅਦਾਲਤ ਨੇ ਜੋ ਅਗਲੀ ਕਾਰਵਾਈ ਅਦਾਲਤ ਕਰੇਗੀ ਅਤੇ ਅਸੀਂ ਇਹਨਾਂ ਦੀ ਹਦਾਇਤ ਉੱਪਰ ਮੈਂ ਸੂਟ ਫਾਇਲ ਕੀਤਾ ਅਤੇ ਮਾਣਯੋਗ ਅਦਾਲਤ ਨੇ ਇਹਨੂੰ ਸਮਨ ਜਾਰੀ ਕਰਕੇ ਅਦਾਲਤ ਵਿੱਚ ਬੁਲਾਇਆ। ਇਹਨਾਂ ਨੇ ਇਲੈਕਸ਼ਨ ਮੈਨੀਫੈਸਟੋ ਜਿਹੜੇ ਹੁਣ ਕਰਨਾਟਕ ਵਿੱਚ ਇਲੈਕਸ਼ਨ ਹੋ ਕੇ ਚੁੱਕੀ ਹੈ ਨਾ ਜੀ, ਉਹਦੇ ਸੰਬੰਧ ਵਿੱਚ ਆਪਣਾ ਇਹਨਾਂ ਨੇ ਕੀਤਾ ਹੈ। ਪਰੰਤੂ ਜੇ ਤਾਂ ਉੱਥੋਂ ਦੀ ਸਟੇਟ ਗੌਰਮੈਂਟ ਦੇ ਪ੍ਰੈਜ਼ੀਡੈਂਟ ਹੁੰਦੇ ਤਾਂ ਅਸੀਂ ਸੋਚ ਲੈਂਦੇ ਵੀ ਉਹਨਾਂ ਦਾ ਉੱਥੋਂ ਦੀ ਲੋਕਲ ਜਿਹੜੀ ਸਟੇਟ ਦੀ ਹੈ, ਕਿਉਂਕਿ ਜੇ ਜਦੋਂ ਫੋਟੋ ਵਿੱਚ ਆਲ ਇੰਡੀਆ ਪ੍ਰੈਜ਼ੀਡੈਂਟ ਕਾਂਗਰਸ ਦੇ ਵਿੱਚ ਸ਼ਮੂਲੀਅਤ ਨੇ, ਸੋਨੀਆ ਜੀ ਨੇ, ਰਾਹੁਲ ਜੀ ਨੇ, ਸਾਰੇ ਇਹਨਾਂ ਦੇ ਸਮੁੱਚੀ ਹਾਈ ਕਮਾਂਡ ਆ, ਤਾਂ ਉਹ ਇਲੈਕਸ਼ਨ ਮੈਨੀਫੈਸਟੋ ਇੱਕ ਕਰਨਾਟਕਾ ਦਾ ਨਹੀਂ ਹੋ ਕੇ ਰਹਿ ਗਿਆ ਅਤੇ 2023 ਦਾ ਸਾਰਾ ਇਲੈਕਸ਼ਨ ਹੀ ਸਾਰੇ ਇੰਡੀਆ ਵਿੱਚ ਹੀ, ਕਿਉਂਕਿ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਅਤੇ ਇੰਟਰਨੈਟ ਉੱਪਰ ਵਿੱਚ ਇਹਦੀ ਇਹਨੂੰ ਚੜ੍ਹਾਇਆ ਜੀ। ਹਰ ਸ਼ਹਿਰ ਦਾ, ਹਰ ਇੰਡੀਆ ਦਾ, ਹਰ ਵਰਲਡ ਦੇ ਵਿੱਚ ਕੋਈ ਵੀ ਜਿਹੜਾ ਵਿਅਕਤੀ ਜਿਹੜੇ ਸਮਾਜਿਕ ਅਤੇ ਧਰਮ ਨੂੰ ਮੰਨਣ ਵਾਲੇ ਉਹਨਾਂ ਨੇ ਦੇਖਿਆ, ਇਹਨੂੰ ਪੜ੍ਹਿਆ ਅਤੇ ਬੜਾ ਉਹਨਾਂ ਦੇ ਮਨਾਂ ਵਿੱਚ ਵੀ ਬਹੁਤ ਜ਼ਿਆਦਾ ਰਿਜੈਂਟਮੈਂਟ ਹੈ ਵੀ ਇਸ ਤਰ੍ਹਾਂ ਜਿਹੜੀ ਕਾਂਗਰਸ ਸਰਕਾਰ ਨੇ ਕਿਉਂ ਜਿਹੜੀ ਇਹਨਾਂ ਦੀ ਲੀਡਰਸ਼ਿਪ ਆ ਕਾਂਗਰਸ ਦੀ ਵੀ ਕਿਉਂ ਇਸ ਤਰ੍ਹਾਂ ਦਾ ਇਹਨਾਂ ਨੂੰ ਜਿਹੜੀ ਬਜਰੰਗ ਦਲ ਜੋ ਧਾਰਮਿਕ ਅਤੇ ਸਮਾਜਿਕ ਸੰਸਥਾ ਹੈ ਐਂਟੀ ਨੈਸ਼ਨਲ ਸੰਸਥਾ ਨਾਲ ਇਹਨੂੰ ਕਿਉਂ ਜੋੜਿਆ ਗਿਆ। ਇਸ ਸੰਬੰਧ ਵਿੱਚ ਅਦਾਲਤ ਵਿੱਚ ਕੇਸ ਫਾਇਲ ਕੀਤਾ ਗਿਆ।